ਸੋ ਜਾਂਦੇ ਜਾਂਦੇ ਪੰਜਾਬੀ ਮਾਂ ਬੋਲੀ ਦਾ ਵਿਕਾਸ ਕਿਵੇਂ ਹੋਵੇ ਇਹ ਵੀ ਗੱਲ ਕਰ ਲੈਂਦੇ ਹਾਂ ਸੋ ਇੱਥੇ ਵੀ ਮੈਂ ਜ਼ਿਕਰ ਕਰੂੰਗਾ ਸਾਡੇ ਸੰਤ ਬਾਬਾ ਮਾਨ ਸਿੰਘ ਜਮਸ਼ੀਰ ਵਾਲੇ ਜਿਵੇਂ ਕਹਿੰਦੇ ਹੁੰਦੇ ਆ ਵੀ ਵਿਕਾਸ ਚ ਹੋ ਉਹ ਤਿੰਨ ਤਰ੍ਹਾਂ ਤੇ ਟਿਕਿਆ ਹੈ ਖੋਜਕਾਰ ਪੇਸ਼ਕਾਰ ਵਾਤੋਕਾਰ ਖੋਜੀ ਖੋਜ ਕਰਦਾ ਹੈ ਮਤਲਬ ਮੰਨ ਲਓ ਮੀਚ ਪੜਾਉਂਦਾ ਹੈ ਚਾਰਲਾਤਾਂ ਅਲ ਅਤੇ ਪੇਸ਼ਕਾਰ ਦੁਕਾਨ ਤੇ ਮੈਂ ਪੇਸ਼ ਕਰਦਾ ਹੈ ਅਤੇ ਵਾਤੂਕਾਰ ਉਹ ਦੁਕਾਨ ਤੇ ਜਾ ਕੇ ਮੇਜ਼ ਖਰੀਦ ਲੈਂਦਾ ਹੈ ਇਸ ਤੋਂ ਅੱਗੇ ਉਹਨਾਂ ਦਾ ਆਪਸੀ ਤਾਲਮੇਲ ਵਿਕਾਸ ਅੱਗੇ ਤੋਰਦਾ ਹੈ ਵਾਤੂਕਾਰ ਕਹਿੰਦਾ ਨਹੀਂ ਮੈਨੂੰ 4 ਲਤਾਲਾ ਨਹੀਂ ਚਾਹੀਦਾ 6 ਚਾਹੀਦਾ ਮੈਂ ਸਮਾਨ ਜ਼ਿਆਦਾ ਭਾਰਾ ਰੱਖਣਾ ਸੋ ਇਹਨਾਂ ਦਾ ਆਪਸੀ ਤਾਲਮੇਲ ਸੋ ਮਾਂ ਬੋਲੀ ਦੇ ਵਿੱਚ ਵੀ ਸਾਡੇ ਕੋਲ ਖੋਜਕਾਰ ਬਹੁਤ ਹਨ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਮੈਂ ਇੱਥੇ ਨਾਂ ਨਹੀਂ ਲੈਂਦਾ ਤੇ ਖੋਜਾਂ ਬਹੁਤ ਹੋਈਆਂ ਹਨ ਖੋਜ ਪੇਸ਼ ਉਹਨਾਂ ਨੇ ਆਨਲਾਈਨ ਵੈਬਸਾਈਟਾਂ ਵੀ ਹਨ ਜਿਵੇਂ ਕਿ ਹਨ ਤੁਸੀਂ ਫੋਨਟਾ ਸੰਬੰਧੀ ਤੁਸੀਂ ਦੇਖਿਆ ਸਾਡੇ ਖੋਜਕਾ ਤੇ ਪ੍ਰੋਗਰਾਮਾਂ ਸੰਬੰਧੀ ਵੀ ਸਾਡੇ ਕੋਲ ਹਨ ਤੇ ਤੇ ਦੂਸਰਾ ਇੱਥੇ ਮੈਂ ਤੀਸਰੇ ਨੰਬਰ ਤੇ ਹੁਣ ਹੈ ਵਰਤੂਕਾਰਤਾ ਸਾਡੇ ਜੋ ਵਰਤੂਕਾਰ ਅਸੀਂ ਜੀ ਵਰਤੂਕਾਰ ਜਿਵੇਂ ਮੈਂ ਹੋਇਆ ਤਾਂ ਮੈਂ ਕੱਚਾ ਵਰਤੂਕਾਰ ਆ ਮੇਰੀਏ ਸਿਰਫ ਮੈਂ ਪੰਜਾਬੀ ਬੋਲਦਾ ਲਿਖਣਾ ਤੇ ਪੜ੍ਹਨਾ ਇੰਨਾ ਨਹੀਂ ਲੋੜ ਨਾ ਹੀ ਸਮਾਂ ਦੀ ਇਜਾਜ਼ਤ ਦਿੰਦਾ ਹੈ ਤੇ ਅਸਲੀ ਵਤੂਕਾਰ ਜੋ ਹੈ ਉਹ ਪੱਤਰਕਾਰ ਹਨ ਸਾਡੇ ਪੰਜਾਬੀ ਪੱਤਰਕਾਰ ਉਹ ਬੋਲਦੇ ਲਿਖਦੇ ਅਤੇ ਪੜ੍ਹਦੇ ਆ ਆਮ ਪੰਜਾਬੀ ਜੋ ਹੈ ਉਹ ਸਿਰਫ ਬੋਲਦਾ ਹੈ ਅਤੇ ਲਿਖਣਾ ਤੇ ਪੜ੍ਹਨਾ ਸ਼ਾਇਦ ਉਹ ਕੋ ਸਮਝਿਆਤ ਨਹੀਂ ਜਾਂ ਉਹਦੀ ਦਿਲਚਸਪੀ ਨਹੀਂ ਹੈ ਸੋ ਅਸਲੀ ਵਤੂਕਾਰ ਜੋ ਪੱਤਰਕਾਰ ਹਨ ਤਾਂ ਪੱਤਰਕਾਰ ਤੇ ਖੋਜਕਾਰਾਂ ਦੇ ਆਪਸੀ ਤਾਲਮੇਲ ਨਾਲ ਵੀ ਪੱਤਰਕਾਰ ਦੱਸਣ ਵੀ ਸਾਨੂੰ ਇਹਨਾਂ ਪ੍ਰੋਗਰਾਮ ਦੀ ਲੋੜ ਹੈ ਇਹਨਾਂ ਆ ਸਮੱਸਿਆ ਹਨ ਸ਼ਬਦ ਜੋੜਾਂ ਦੀ ਸਪੱਸ਼ਟਤਾ ਹੈ ਸਪੈਲ ਚੈਕਰ ਚਾਹੀਦੇ ਹਨ ਵਗੈਰਾ ਤੇ ਸਾਡੇ ਕੋਲ ਜਿਹੜੀ ਉਜੀ ਤੇ ਰਹਾ ਜੋ ਦੂਸਰੇ ਪੇਸ਼ਕਾਰ ਜਾਂ ਇੱਥੇ ਮਾਂ ਬੋਲੀ ਵਿਕਾਸ ਸੰਬੰਧੀ ਜੋ ਆਉਂਦਾ ਹੈ ਉਹ ਹੈ ਵਿਚੋਲਾ ਤੇ ਵਿਚੋਲਾ ਜੋ ਹੈ ਦੂਜੀ ਧੀਰ ਜੋ ਹੈ ਉਹ ਹੈ ਨਹੀਂ ਹੈ ਤੇ ਉਹ ਉਸ ਨੇ ਉਸ ਸੰਬੰਧੀ ਮੇਰੇ ਦਿਮਾਗ 'ਚ ਆਇਆ ਅੱਜ ਲੋੜ ਹੈ ਕਿਸੇ ਮਾਂ ਪੁਰਖ ਦੀ ਸੱਜਣ ਦੀ ਜਿਸ ਤੇ ਵਿਸ਼ਵਾਸ ਪਾਤਰ ਦੀ ਮਤਲਬ ਜੋ ਇੱਕ ਜਨਤਕ ਬੈਂਕ ਖਾਤਾ ਖੋਲ ਲੇ ਅਤੇ ਪੰਜਾਬੀਆਂ ਨੂੰ ਅਪੀਲ ਕਰੇ ਕਿਉਂਕਿ ਪੰਜਾਬੀ ਬਹੁਤ ਦਾਨੀ ਹਨ ਆਪਣਾ ਦਸਵੰਤ ਕੱਢਦੇ ਹਨ ਤੇ ਪੰਜਾਬੀਆਂ ਨੂੰ ਅਪੀਲ ਕਰੇ ਕਿ ਅਸੀਂ ਪੰਜਾਬੀ ਮਾਂ ਬੋਲੀ ਵਿਕਾਸ ਕਰਨਾ ਹੈ ਅਤੇ ਇਸ ਮੰਦੀ ਦਾਨਪਨ ਕਰੋ ਤੇ ਜੋ ਵੀ ਦਾਨ ਹੋਊਗਾ ਉਸ ਦਾ ਭਾਰਤਸ਼ਕ ਆਪਣਾ ਦੱਸਿਆ ਜਾਵੇਗਾ ਸਾਰਾ ਕੁਝ ਕਿੱਥੇ ਕਿੰਨਾ ਖਰਚਾ ਹੋਇਆ ਤੇ ਕਿਉਂਕਿ ਮਾਇਆ ਨਾਲ ਹੀ ਕੰਪਿਊਟਰ ਪ੍ਰੋਗਰਾਮ ਬਣਾਏ ਜਾਣਗੇ ਜਾ ਸਕਦੇ ਹਨ ਅਤੇ ਫਿਰ ਇਸ ਤਰ੍ਹਾਂ ਮਤਲਬ ਖੋਜਕਾਰ ਜਿਹੜੇ ਪ੍ਰੋਗਰਾਮ ਬਣਾਉਂਦੇ ਹਨ ਉਤੇ ਵਿਚੋਲਾ ਜਿੱਥੇ ਜਿਵੇਂ ਕਿ ਮਾਇਆ ਆਉਗੀ ਬੰਖਤ ਤੇ ਚ ਦਾਨੀ ਸੱਜਣਾਂ ਨੂੰ ਦਾਨ ਕਰਨਗੇ ਤਾਂ ਉਸ ਉਹ ਅੱਗੇ ਜਾ ਕੇ ਤੇ ਅਤੇ ਵਰਤੂਕਾਰ ਦੱਸਣਗੇ ਸਾਨੂੰ ਇਹਨਾਂ ਪ੍ਰੋਗਰਾਮਾਂ ਜਾਂ ਇਹਨਾਂ ਐਪਾਂ ਦੀ ਲੋੜ ਹੈ ਜਾਂ ਇਹਦੀ ਵੈਬਸਾਈਟਾਂ ਬਣਨੀਆਂ ਚਾਹੀਦੀਆਂ ਕਿਉਂਕਿ ਇਹ ਸਾਰਾ ਕੁਝ ਅੱਜ ਦੇ ਤਕਨੀਕੀ ਯੁੱਗ ਚ ਸਾਰੇ ਕੁਝ ਰੁਪਈਆਂ ਨਾਲ ਹੀ ਸੰਭਵ ਹੈ ਤੇ ਕਿਉਂਕਿ ਫਿਰ ਸਮਾਂ ਬਹੁਤ ਲੱਗਦਾ ਹੈ ਪ੍ਰੋਗਰਾਮ ਬਣਾਉਣ ਲਈ ਸੋ ਇਹ ਇਹ ਕੋਹ ਹਾਲਿਆ ਸਿਰਫ ਮਾਇਆ ਦੀ ਸਮੱਸਿਆ ਹੈ ਖੋਜਕਾਰ ਤਾਂ ਅਤੇ ਪੱਕੇ ਵਰਤੋਕਾਰ ਮਤਲਬ ਪੱਤਰਕਾਰ ਆਪਾਂ ਕੋਲ ਹੈਗੇ ਹਨ ਉਹ ਮੈਂ ਵੀ ਦੱਸ ਸਕਦਾ ਵੈਸੇ ਕੀ ਕੀ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਦੱਸਿਆ ਵੀ ਆਨਲਾਈਨ ਵੈਬਸਾਈਟ ਹੋਣੀ ਜੇ ਸ਼ੁੱਧ ਪੰਜਾਬੀ ਅਨੁਵਾਦ ਹੋਣਾ ਚਾਹੀਦਾ ਹੈ ਸੋ ਇਸ ਸੰਬੰਧੀ ਕਿਸੇ ਵਿਸ਼ਵਾਸਪੱਤਰ ਨੂੰ ਅੱਗੇ ਹੋਣਾ ਚਾਹੀਦਾ ਹੈ ਜਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨੂੰ ਖਜ਼ਾਨੇ ਤੇ ਬਹੁਤ ਜਨਾਬ ਪਾਉਂਦੇ ਹੋਇਆ ਕੋਈ ਇੱਕ ਜਨਤਕ ਖਾਤਾ ਜਾਂ ਹੋਰ ਧਾਰਮਿਕ ਸੱਜਣ ਵੀ ਅੱਗੇ ਆ ਸਕਦਾ ਹੈ ਵੀ ਅਸੀਂ ਇਹ ਖਾਤਾ ਖੋਲ ਰਹੇ ਹਾਂ ਤਾਂ ਇੱਥੇ ਤੁਸੀਂ ਅਸੀਂ ਗਾਂ ਪੰਜਾਬੀ ਮਾਲੀ ਮਾਂਬੋਲੀ ਦੇ ਵਿਕਾਸ ਲਈ ਇਸ ਸੰਬੰਧੀ ਖਰਚ ਕਰਾਂਗੇ ਸਾਰਿਆਂ ਨਾਲ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਚੱਲਾਂਗੇ ਸੋ ਇਹੀ ਕੋ ਇੱਕ ਹੱਲ ਹੈ ਮੇਰੀ ਨਜ਼ਰ ਵਿੱਚ ਇਹ ਇਸ ਤਰ੍ਹਾਂ ਹੀ ਮਾਂਬੋਲੀ ਦਾ ਵਿਕਾਸ ਹੋ ਸਕਦਾ ਹੈ ਤੇ ਆਖਿਰ ਵਿੱਚ ਮਾਬੂਲੀ ਇੱਕ ਰੀ ਫੇਦਾ ਸਹੀ ਹੈ ਤਕਨੀਕੀ ਵੀ ਕੋ ਕਿਤੇ ਗੜੀ ਹੈ ਤੇ ਇੱਕ ਰੀ ਫੇਸਦ ਕਰਦੀ ਹੈ ਪੰਜਾਬੀ ਜ ਅੰਗਰੇਜ਼ੀ ਦੇ ਬਰਾਬਰ ਹੈ ਤਾਜ਼ਾ ਤਾਜ਼ਾ ਜੋ ਹੋਇਆ ਅਸੀਂ 2 ਹਫ਼ਤੇ ਪਹਿਲਾਂ ਆ ਗਏ ਸੀ ਸਾਡੇ ਬਾਪੂ ਜੀ ਬਾਤ ਚਾਹੀ ਸੀ ਤਾਂ ਮੈਂ ਨਿਆਣਿਆਂ ਨੂੰ ਕਿਹਾ ਵੀ ਕੁਝ ਵੱਖਰਾ ਕਰਦੇ ਹਾਂ ਪੰਜਾਬੀ ਉਹਨਾਂ ਦਾਦਾ ਜੀ ਦਾ ਜੀ ਆਇਆਂ ਕਰਦੇ ਹਨ ਸੋ ਕਿਉਂਕਿ ਮੈਨੂੰ ਫੌਂਟ ਦੇ ਬਾਰੇ ਜਾਣਕਾਰੀ ਸੀ ਤੇ ਵੈਸੇ ਵੀ ਪ੍ਰੋਗਰਾਮ ਫੋਟੋ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਹੈ ਤੇ ਅਸੀਂ 에ਰਪੋਰਟ ਤੇ ਫਿਰ ਮੈਂ ਮੈਂ ਸਾਰਾ ਕੁਝ ਤਕਨੀਕੀ ਨਹੀਂ ਕਹਿਣਾ ਚਾਹੁੰਦਾ ਸੀ ਤੇ ਮੈਂ ਕਿਹਾ ਵੀ ਗੁੱਡਨ ਕਿਹਾ ਵੀ ਤੂੰ ਰੰਗ ਭਰੀ ਸੋ ਅਸੀਂ ਮੈਂ ਫੋਟੋ ਇਹ ਬਣਾਈ ਸੀ ਸੋ ਤੁਸੀਂ ਸਾਰਾ ਕੁਝ ਤੁਸੀਂ ਪੰਜਾਬੀ ਚ ਵੀ ਕਰ ਸਕਦੇ ਹੋ ਤੇ ਜੋ ਅੰਗਰੇਜ਼ੀ ਵਿੱਚ ਸੰਭਵ ਹੈ ਤੇ ਉਹ ਫਿਰ ਨਿਆਣੇ ਫਿਰ ਇਹ ਜੀਆਂ ਨੂੰ ਤੇ ਇਹ ਇਸ ਤਰ੍ਹਾਂ ਉਹਨਾਂ ਨੇ ਆਪਣਾ ਮਤਲਬ ਮੈਂ ਸਾਰਾ ਕੁਝ ਤਕਨੀਕੀ ਨਹੀਂ ਮੈਂ ਛਾਪ ਕੇ ਤਾਂ ਫੜ ਲਿਆ ਤਾਂ ਮੈਂ ਕਿਹਾ ਤੁਸੀਂ ਆਪ ਰਾਂਗ ਭਰਿਓ ਸੋ ਉੱਥੇ 에ਰਪੋਰਟ ਤੇ ਖੜ ਕੇ ਬਾਬੂ ਜੀ ਦਾ ਜੀਆ ਸਵਾਗਤ ਕੀਤਾ ਸੀ ਸੋ ਇਹ ਸੀ ਸਿਰਫ ਪ੍ਰਚਾਰ ਦੀ ਘਾਟ ਹੈ ਤੇ ਮਾਂ ਬੋਲੀ ਪੰਜਾਬੀ ਤਕਨੀਕੀ ਫਕੋ ਆਖਰ ਵਿੱਚ ਇਹ ਕਹਿਣਾ ਚਾਹਾਂ ਅੰਗਰੇਜ਼ੀ ਦੇ ਬਰਾਬਰ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ